स्वागतਾ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੀ ਸੈਜੂਕੇਸ਼ਨਲ YouTube ਚੈਨਲ ਤੇ ਇਸ ਵੀਡੀਓ ਵਿੱਚ ਬੇਟਾ ਆਪਾਂ ਤੁਹਾਡੇ ਨਾਲ ਬਲੂਪ੍ਰਿੰਟਾ ਜਿਹੜਾ ਮੈਥ ਵਿਸ਼ੇ ਦਾ ਡਿਸਕਸ ਕਰਾਂਗੇ ਇਹ ਇਹ ਵੀਡੀਓ ਬੇਟਾ ਆਪਣੀ ਤਿੰਨ ਕਲਾਸਾਂ ਲਈ ਹੈ 6ਵੀਂ 7ਵੀਂ ਤੇ 8ਵੀਂ ਲਈ ਜਿਹੜੀ ਨੈਕਸਟ ਪਾਰਟ ਆਪਾਂ ਬਣਾਵਾਂਗੇ ਉਹਦੇ ਵਿੱਚ ਆਪਾਂ 9ਵੀਂ 10ਵੀਂ ਲਈ ਵੀ ਪੇਪਰ ਪੈਟਰਨ ਆ ਜਿਹੜਾ ਉਹ ਸਤੰਬਰ ਪ੍ਰੀਖਿਆ ਜਿਹੜੀ ਕਿ 4 ਤਰੀਕ ਤੋਂ ਸ਼ੁਰੂ ਹੋ ਰਹੀ ਹੈ ਬੇਟਾ ਉਹਦਾ ਡਿਸਕਸ ਤੁਹਾਡੇ ਨਾਲ ਕਰਾਂਗੇ ਕਿਹੜੇ ਚੈਪਟਰ ਦੇ ਵਿੱਚੋਂ ਕਿੰਨੇ ਨੰਬਰ ਦਾ ਕੰਮ ਆਉਣਾ ਤੇ ਕਿਹੜੇ-ਕਿਹੜੇ ਚੈਪਟਰਾਂ ਦੇ ਵਿੱਚੋਂ ਸਾਨੂੰ ਕੰਮ ਆ ਜਿਹੜਾ ਉਹ ਆਏਗਾ ਕਿੰਨੇ ਨੰਬਰਾਂ ਦਾ ਕੰਮ ਆਏਗਾ ਕਿੰਨੇ ਨੰਬਰਾਂ ਦਾ ਪੇਪਰ ਹੋਏਗਾ ਠੀਕ ਹੈ ਉਹ ਆਪਾਂ ਡਿਸਕਸ ਕਰਾਂਗੇ ਤਾਂ ਜਮਾਤ 6ਵੀਂ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਬੇਟਾ ਸਾਰੀਆਂ ਕਲਾਸਾਂ ਲਈ ਮੈਥ ਵਿਸ਼ੇ ਦਾ ਜਿਹੜਾ ਪੇਪਰ ਹੈ ਉਹ 80 ਅੰਕਾਂ ਦਾ ਹੋਏਗਾ ਕੁੱਲ ਸਾਨੂੰ 3 ਘੰਟੇ ਮਿਲਣਗੇ ਠੀਕ ਹੈ ਤਾਂ 6ਵੀਂ ਲਈ ਭਾਗੂੜਾ ਦੇ ਵਿੱਚ ਤਿੰਨ ਪ੍ਰਸ਼ਨ ਹੋਣਗੇ ਪਹਿਲੇ ਪ੍ਰਸ਼ਨ ਦੇ ਵਿੱਚ 16 ਬਹੁ-ਵਿਕਲਪੀ ਪ੍ਰਸ਼ਨ ਹੋਣਗੇ ਵੀ ਮਲਟੀਪਲ ਚੁਆਇਸ ਕੁਐਸਚਨ ਠੀਕ ਹੈ ਇਹਦੇ ਵਿੱਚ ਸਾਨੂੰ ਚਾਰ ਆਪਸ਼ਨਸ ਦਿੱਤੀਆਂ ਹੋਣੀਆਂ ਤੇ ਪ੍ਰਸ਼ਨ ਨੰਬਰ 2 ਦੇ ਵਿੱਚ ਸੱਤ ਪ੍ਰਸ਼ਨ ਸਹੀ ਗਲਤ ਅਸੀਂ ਦੱਸਣਾ ਹੋਵੇਗਾ ਤੇ ਪ੍ਰਸ਼ਨ ਨੰਬਰ 3 ਵਿੱਚ ਅਸੀਂ ਖਾਲੀ ਥਾਵਾਂ ਭਰਨੀਆਂ ਹੋਣੀਆਂ ਉਹਦੇ ਵਿੱਚ ਵੀ ਸੱਤ ਕੁਐਸਚਨ ਹੋਣਗੇ ਠੀਕ ਹੈ ਕੁੱਲ 30 ਕੁਐਸਚਨ ਇੱਕ ਅੰਕਾਂ ਵਾਲੇ ਹੋਣਗੇ ਭਾਗੜਾ ਦੇ ਵਿੱਚ 4 ਤੋਂ ਲੈ ਕੇ 7 ਤੱਕ ਜਿਹੜੇ ਕੁਐਸਚਨ ਹੋਣਗੇ ਉਹ ਦੋ ਅੰਕਾਂ ਦੇ ਹੋਣਗੇ 8 ਤੋਂ ਲੈ ਕੇ 13 ਤੱਕ ਜਿਹੜੇ ਕੁਐਸਚਨ ਹੋਣਗੇ ਉਹ ਚਾਰ ਅੰਕਾਂ ਦੇ ਹੋਣਗੇ ਇਹਨਾਂ ਦੇ ਵਿੱਚੋਂ ਕਿਸੇ ਤਿੰਨ ਪ੍ਰਸ਼ਨਾਂ ਵਿੱਚ ਅਨਰੂਨੀ ਛੋਟ ਹੋਏਗੀ ਮਤਲਬ ਉਹ ਜਾਂ ਹੋਈ ਥੀ 16 14 ਤੋਂ ਲੈ ਕੇ 16 ਤੱਕ ਜਾਨੀ ਕਿ ਤਿੰਨ ਕੁਐਸਚਨ ਜਿਹੜੇ ਛੇ-ਛੇ ਅੰਕਾਂ ਵਾਲੇ ਹੋਣਗੇ ਤੇ ਸਾਰਿਆਂ ਦੇ ਵਿੱਚ ਕੀ ਹੋਏਗੀ ਜਾਂ ਹੋਏਗੀ ਮਤਲਬ 6 ਕੁਐਸਚਨ ਹੋਣਗੇ ਟੋਟਲ ਜਿ세 ਤਿੰਨ ਕਰਨੇ ਹੋਣਗੇ ਠੀਕ ਹੈ ਬੇਟਾ ਤਾਂ ਇਹ ਆਪਣੇ ਚੈਪਟਰ ਨੇ 6ਵੀਂ ਜਮਾਤ ਲਈ ਪਹਿਲਾ ਚੈਪਟਰ ਹੈ ਜਿਵੇਂ ਆਪਣੀਆਂ ਸੰਖਿਆਵਾਂ ਨੂੰ ਜਾਨਣਾ ਇਹਦੇ ਵਿੱਚ 10 ਅੰਕਾਂ ਦਾ ਕੰਮ ਆਏਗਾ ਇੱਕ ਕੁਐਸਚਨ ਇੱਕ-ਇੱਕ ਅੰਕਾਂ ਵਾਲੇ 6 ਕੁਐਸਚਨ ਆਉਣਗੇ ਦੋ ਕੁਐਸਚਨ ਦੋ ਅੰਕਾਂ ਵਾਲੇ ਠੀਕ ਹੈ ਪੂਰਨ ਸੰਖਿਆਵਾਂ ਹੋਲ ਨੰਬਰ ਇਹਦੇ ਵਿੱਚੋਂ ਵੀ 10 ਨੰਬਰਾਂ ਦਾ ਕੰਮ 6 ਕੁਐਸਚਨ ਇੱਕ-ਇੱਕ ਅੰਕਾਂ ਵਾਲੇ ਦੋ ਦੋ ਅੰਕਾਂ ਵਾਲੇ ਦੋ ਕੁਐਸਚਨ ਸੰਖਿਆਵਾਂ ਨਾਲ ਖੇਡਣਾ ਪਲੇਇੰਗ ਵਿਦ ਨੰਬਰਸ ਤਾਂ કુલ 20 ਅੰਕਾਂ ਦਾ ਜਿਹੜਾ ਪੇਪਰ ਹੈ ਚੌਥਾ ਹਿੱਸਾ ਜਿਹੜਾ ਪੇਪਰ ਆਫ ਸੰਖਿਆਵਾਂ ਨਾਲ ਖੇਡਣਾ ਚੈਪਟਰ ਦੇ ਵਿੱਚੋਂ ਆਏਗਾ ਇੱਕ ਇੱਕ ਅੰਕਾਂ ਵਾਲੇ ਦੋ ਕੁਐਸਚਨ ਤੇ ਛੇ ਛੇ ਅੰਕਾਂ ਵਾਲੇ ਤਿੰਨੋਂ ਕੁਐਸਚਨ ਆ ਜਿਹੜੇ ਉਹ ਇਸੇ ਚੈਪਟਰ ਦੇ ਵਿੱਚੋਂ ਪੁੱਛੇ ਜਾਣਗੇ ਸੰਪੂਰਨ ਸੰਖਿਆਵਾਂ ਇੰਟੀਜਰਸ ਚੈਪਟਰ ਇਹਦੇ ਵਿੱਚੋਂ ਕੁੱਲ ਆ ਜਿਹੜਾ 14 ਅੰਕਾਂ ਦਾ ਪੇਪਰ ਹੋਏਗਾ ਇੱਕ ਇੱਕ ਅੰਕਾਂ ਵਾਲੇ ਛੇ ਕੁਐਸਚਨ ਤੇ ਇੱਕ ਦੋ ਕੁਐਸਚਨ ਚਾਰ ਅੰਕਾਂ ਵਾਲੇ ਹੋਣਗੇ ਉਸ ਤੋਂ ਬਾਅਦ ਬੇਟਾ ਚੈਪਟਰ ਹੈ ਫ੍ਰੈਕਸ਼ਨ ਭਿੰਨਾ ਇਹਦੇ ਵਿੱਚੋਂ ਕੁੱਲ 13 ਨੰਬਰਾਂ ਦਾ ਕੰਮ ਆਏਗਾ ਪੰਜ ਕੁਐਸਚਨ ਏਕੇ-ਏਕੇ ਨੰਬਰ ਦੇ ਆਉਣਗੇ ਦੋ ਕੁਐਸਚਨ ਆ ਜਿਹੜੇ ਚਾਰ-ਚਾਰ ਅੰਕਾਂ ਵਾਲੇ ਹੋਣਗੇ ਦਸ਼ਮਲਵ ਚੈਪਟਰ ਡੈਸੀਮਲ ਇਹਦੇ ਵਿੱਚੋਂ ਵੀ 13 ਨੰਬਰ ਦਾ ਪੰਜ ਕੁਐਸਚਨ ਏਕੇ-ਇੱਕ ਅੰਕਾਂ ਵਾਲੇ ਹੋਣਗੇ ਤੇ ਦੋ ਕੁਐਸਚਨ ਆ ਜਿਹੜੇ ਚਾਰ-ਚਾਰ ਅੰਕਾਂ ਵਾਲੇ ਹੋਣਗੇ ਕੁੱਲ ਜਿਹੜਾ ਪੇਪਰ ਉਹ 80 ਅੰਕਾਂ ਦਾ ਹੋਏਗਾ ਇਹਦੇ ਵਿੱਚ ਏਕੇ-ਇੱਕ ਅੰਕਾਂ ਵਾਲੇ 30 ਕੁਐਸਚਨ ਆ ਜਿਹੜੇ ਪੁੱਛੇ ਜਾਣਗੇ ਦੋ-ਦੋ ਅੰਕਾਂ ਵਾਲੇ ਚਾਰ ਕੁਐਸਚਨ ਪੁੱਛੇ ਜਾਣਗੇ 4 4 ਅੰਕਾਂ ਵਾਲੇ 6 ਕੁਐਸਚਨ ਤੇ 6 6 ਅੰਕਾਂ ਵਾਲੇ 3 ਕੁਐਸਚਨ ਪੁੱਛੇ ਜਾਣਗੇ ਮੇਨ ਜਿਹੜਾ ਚੌਥਾ ਹਿੱਸਾ ਪੇਪਰ ਕਵਰ ਕਰਦਾ ਉਹ ਇੱਕੋ ਚੈਪਟਰ ਹੈ ਸੰਖਿਆਵਾਂ ਨਾਲ ਖੇਡਣਾ ਜਿਹਦੇ ਵਿੱਚੋਂ ਸਾਨੂੰ ਤਿੰਨੋਂ ਵੱਡੇ ਕੁਐਸਚਨ ਆ ਜਿਹੜੇ ਪੁੱਛੇ ਜਾਣਗੇ ਬਟਾ ਠੀਕ ਹੈ ਤਾਂ ਇਸੇ ਸਾਬ ਨੂੰ ਆਪਾਂ ਆਪਣੀ ਤਿਆਰੀ ਕਰਨੀ ਹੈ ਕੋਲ 6 ਚੈਪਟਰ ਆ ਜਿਹੜੇ ਸਾਨੂੰ ਸਤੰਬਰ ਪ੍ਰੀਖਿਆ ਦੇ ਵਿੱਚੋਂ ਜਿਹੜੇ ਆਉਣਗੇ ਉਹਨਾਂ ਉਹਨਾਂ ਦੀ ਹੀ ਅਸੀਂ ਤਿਆਰੀ ਕਰਨੀ ਹੈ ਬਟਾ ਠੀਕ ਹੈ ਤਾਂ ਇਹ ਛੇਵੀਂ ਜਮਾਤ ਲਈ ਹੈ ਉਹਦਾ ਸਕਰੀਨਸ਼ਾਟ ਵੀ ਤੁਸੀਂ ਲੈ ਸਕਦੇ ਬਟਾ ਉਸ ਤੋਂ ਬਾਅਦ ਆਪਾਂ ਜਮਾਤ ਸੱਤਵੀਂ ਲਈ ਡਿਸਕਸ ਕਰਦੇ ਹਾਂ ਬਲੂਪ੍ਰਿੰਟ ਮੈਥ ਵਿਸ਼ੇ ਦਾ ਤਾਂ ਉਸੇ ਤਰ੍ਹਾਂ ਹੀ કુલ 80 ਅੰਕਾਂ ਦਾ ਪੇਪਰ 3 ਘੰਟੇ ਮਿਲਣਗੇ 16 ਕੁਐਸਚਨ ਇੱਕ ਇੱਕ ਅੰਕਾਂ ਵਾਲੇ ਬਹੁ ਵਿਕਲਪੀ 7 ਕੁਐਸਚਨ ਸਹੀ ਗਲਤ 7 ਕੁਐਸਚਨ ਖਾਲੀ ਥਾਵਾਂ ਮਤਲਬ ਕੁੱਲ 30 ਕੁਐਸਚਨ ਇੱਕ ਇੱਕ ਅੰਕਾਂ ਵਾਲੇ ਹੋਣਗੇ 4 ਤੋਂ ਲੈ ਕੇ 7 ਤੱਕ ਜਿਹੜੇ ਪ੍ਰਸ਼ਨ ਹੋਣਗੇ ਦੋ ਅੰਕਾਂ ਵਾਲੇ 8 ਤੋਂ ਲੈ ਕੇ 13 ਤੱਕ 6 ਕੁਐਸਚਨ ਆ ਜਿਹੜੇ ਚਾਰ ਚਾਰ ਅੰਕਾਂ ਵਾਲੇ ਹੋਣਗੇ ਜਿਨ੍ਹਾਂ ਵਿੱਚ ਕਿਸੇ ਤਿੰਨ ਪ੍ਰਸ਼ਨਾਂ ਦੇ ਵਿੱਚ ਜਾਂ ਹੋਏਗੀ ਤੇ 14 ਤੋਂ ਲੈ ਕੇ 16 ਤੱਕ ਯਾਨੀ ਕਿ ਤਿੰਨ ਕੁਐਸਚਨ 14ਵਾਂ 15ਵਾਂ ਤੇ 16ਵਾਂ 6-6 ਅੰਕਾਂ ਵਾਲੇ ਹੋਣਗੇ ਤੇ ਉਹਨਾਂ ਦੇ ਠੀਕ ਹੈ ਬੇਟਾ ਤਾਂ ਆਪਾਂ ਚੈਪਟਰ ਦੇਖਦੇ ਆਂ 7ਵੀਂ ਜਮਾਤ ਲਈ 7 ਚੈਪਟਰ ਆ ਜਿਹੜੇ ਉਹ ਇਸ ਸਿਲੇਬਸ ਦੇ ਵਿੱਚ ਨੇ ਸਤੰਬਰ ਤੱਕ ਦੇ ਜਿਵੇਂ ਸੰਪੂਰਨ ਸੰਖਿਆਵਾਂ ਇੰਟੀਜਰ ਇਹਦੇ ਵਿੱਚੋਂ 9 ਅੰਕਾਂ ਦਾ ਕੁੱਲ ਪੇਪਰ ਆਏਗਾ ਤੇ ਇੱਕ ਇੱਕ ਅੰਕਾਂ ਵਾਲੇ 5 ਕੁਐਸਚਨ ਹੋਣਗੇ 2 ਅੰਕਾਂ ਵਾਲੇ 2 ਕੁਐਸਚਨ ਠੀਕ ਹੈ ਪਿੰਨਾ ਤੇ ਦਸ਼ਮਲਵ ਫ੍ਰੈਕਸ਼ਨਸ ਐਂਡ ਡੈਸੀਮਲ ਇਹਦੇ ਵਿੱਚੋਂ ਕੁੱਲ 13 ਨੰਬਰਾਂ ਦਾ ਕੰਮ ਆਏਗਾ ਇੱਕ ਇੱਕ ਅੰਕਾਂ ਵਾਲੇ 5 ਕੁਐਸਚਨ 2 ਕੁਐਸਚਨ ਆ ਜਿਹੜੇ ਚਾਰ ਚਾਰ ਅੰਕਾਂ ਵਾਲੇ ਇਸ ਚੈਪਟਰ ਦੇ ਵਿੱਚੋਂ ਪੁੱਛੇ ਜਾਣਗੇ ਠੀਕ ਹੈ ਅੰਕੜਿਆਂ ਦਾ ਪ੍ਰਬੰਧਨ ਡਾਟਾ ਹੈਂਡਲਿੰਗ ਇਹਦੇ ਵਿੱਚੋਂ ਜਿਹੜਾ ਸਕੁੱਲ ਪੇਪਰ 14 ਅੰਕਾਂ ਦਾ ਆਏਗਾ ਬਟਾ ਦੋ ਕੁਐਸਚਨ ਇੱਕ ਇੱਕ ਨੰਬਰ ਦੇ ਤੇ ਦੋ ਵੱਡੇ ਕੁਐਸਚਨ 6-6 ਅੰਕਾਂ ਵਾਲੇ ਇਸ ਚੈਪਟਰ ਦੇ ਵਿੱਚੋਂ ਪੁੱਛੇ ਜਾਣਗੇ ਉਸ ਤੋਂ ਬਾਅਦ ਸਰਲ ਸਮੀਕਰਨ ਸਿੰਪਲ ਇਕੁਏਸ਼ਨ ਇਸ ਦੇ ਵਿੱਚੋਂ 10 ਨੰਬਰਾਂ ਦਾ ਕੰਮ ਆਏਗਾ ਇੱਕ ਇੱਕ ਅੰਕਾਂ ਵਾਲੇ ਚਾਰ ਕੁਐਸਚਨ ਆਉਣਗੇ ਤੇ ਇੱਕ ਕੁਐਸਚਨ 6 ਅੰਕਾਂ ਦਾ ਵੀ ਇਹਦੇ ਵਿੱਚੋਂ ਪੁੱਛਿਆ ਜਾਏਗਾ ਉਸ ਤੋਂ ਬਾਅਦ ਰੇਖਾਵਾਂ ਤੇ ਕੋਣ ਲਾਈਨਸ ਐਂਡ ਐਂਗਲ ਇਦੇ ਵਿੱਚੋਂ 14 ਨੰਬਰਾਂ ਦਾ 6 ਕੁਐਸਚਨ ਇੱਕ ਅੰਕਾਂ ਵਾਲੇ ਤੇ 2 ਕੁਐਸਚਨ ਆ ਜਿਹੜੇ 4 ਚ ਅੰਕਾਂ ਵਾਲੇ ਪੁੱਛੇ ਜਾਣਗੇ ਉਸ ਤੋਂ ਬਾਅਦ ਕੰਪੇアリング ਕੁਆਂਟੀਟੀਜ਼ ਰਾਸ਼ੀਆਂ ਦੀ ਤੁਲਨਾ ਇਸ ਚੈਪਟਰ ਦੇ ਵਿੱਚੋਂ 10 ਅੰਕਾਂ ਦਾ ਆਏਗਾ ਇੱਕ ਇੱਕ ਅੰਕਾਂ ਵਾਲੇ ਜਿਹੜੇ 2 ਕੁਐਸਚਨ ਪੁੱਛੇ ਜਾਣਗੇ 2-2 ਅੰਕਾਂ ਵਾਲੇ ਵੀ 2 ਕੁਐਸਚਨ ਤੇ ਇੱਕ ਕੁਐਸਚਨ ਆ ਜਿਹੜਾ ਉਹ 4 ਅੰਕਾਂ ਵਾਲਾ ਚੈਪਟਰ ਦੇ ਵਿੱਚੋਂ ਪੁੱਛਿਆ ਜਾਏਗਾ ਉਸ ਤੋਂ ਬਾਅਦ 7ਵਾਂ ਪਰਮੇਸ਼ ਸੰਖਿਆਵਾਂ ਰੈਸ਼ੀਨਲ ਨੰਬਰ ਇਹਦੇ ਵਿੱਚੋਂ ਵੀ 10 ਅੰਕਾਂ ਦਾ ਇੱਕ ਇੱਕ ਅੰਕਾਂ ਵਾਲੇ 6 ਕੁਐਸਚਨ ਤੇ ਇੱਕ ਕੁਐਸਚਨ ਆ ਜਿਹੜਾ ਉਹ 4 ਅੰਕਾਂ ਦਾ ਪੁੱਛਿਆ ਜਾਏਗਾ ਠੀਕ ਹੈ ਬੇਟਾ ਮਤਲਬ ਜਿਹੜਾ ਕੁੱਲ ਪੇਪਰ ਹੋਏਗਾ 7ਵੀਂ ਜਮਾਤ ਲਈ ਉਹ 80 ਨੰਬਰਾਂ ਦਾ ਹੋਏਗਾ 30 ਕੁਐਸਚਨ ਜਿਹੜੇ ਹੋਏਗਾ ਅੰਕਾਂ ਵਾਲੇ ਹੋਣਗੇ ਤੇ ਚਾਰ ਕੁਐਸਚਨ 2-2 ਅੰਕਾਂ ਵਾਲੇ 6 ਕੁਐਸਚਨ 4-4 ਅੰਕਾਂ ਵਾਲੇ ਤੇ ਤਿੰਨ ਕੁਐਸਚਨ 6-6 ਅੰਕਾਂ ਵਾਲੇ ਪੁੱਛਣਗੇ ਮੋਸਟ ਸਕੋਰਿੰਗ ਜਿਹੜੇ ਆਪਣੇ ਕੋਲੇ ਨੇ ਚੈਪਟਰ ਉਹ ਹੈਗਾ ਅੰਕੜਿਆਂ ਦਾ ਪ੍ਰਬੰਧਨ ਡਾਟਾ ਹੈਂਡਲਿੰਗ ਰੇਖਾਵਾਂ ਅਤੇ ਕੋਣ ਇਹਨਾਂ ਦੇ ਵਿੱਚੋਂ 14-14 ਨੰਬਰਾਂ ਦਾ ਕੰਮ ਆ ਜਿਹੜਾ ਸਾਨੂੰ ਪੁੱਛਿਆ ਜਾਏਗਾ ਬਟਾ ਠੀਕ ਹੈ ਇਹ ਸੱਤ ਚੈਪਟਰ ਜਿਹੜੇ ਇਹਨਾਂ ਦੀ ਅਸੀਂ ਤਿਆਰੀ ਕਰਨੀ ਹੈ ਸੰਪੂਰਨ ਸੰਖਿਆਵਾਂ ਭਿੰਨਾਂ ਦਸ਼ਮਲਵ ਅੰਕੜਿਆਂ ਦਾ ਪ੍ਰਬੰਧਨ ਸਰਲ ਸਮੀਕਰਨ ਰੇਖਾਵਾਂ ਅਤੇ ਕੋਣ ਰਾਸ਼ੀਆਂ ਦੀ ਤੁਲਨਾ ਪਰਮੇਸ਼ ਸੰਖਿਆਵਾਂ ਠੀਕ ਹੈ ਬਟਾ ਨੈਕਸਟ ਆਪਣੀ ਮੋਸਟ ਇੰਪੋਰਟੈਂਟ ਜਿਹੜੀ ਬੋਰਡ ਜਮਾਤ ਹੈ ਜਮਾਤ 8ਵੀਂ ਲਈ ਠੀਕ ਹੈ ਤਾਂ ਇਸ ਲਈ ਬਟਾ ਜਿਹੜਾ ਖੁੱਲ ਪੇਪਰ ਹੈ ਉਹ ਜਿਵੇਂ ਪਹਿਲੀਆਂ ਜਮਾਤ ਲਈ ਆਪਾਂ ਡਿਸਕਸ ਕੀਤਾ 80 ਅੰਕਾਂ ਦਾ ਤੇ 3 ਘੰਟੇ ਦਾ ਸਮਾਂ ਸਾਨੂੰ ਹੱਲ ਕਰਨ ਲਈ ਮਿਲਣਾ ਹੈ ਬਟਾ ਤਾਂ ਪਹਿਲੇ ਭਾਗ ਗੂੜਾ ਦੇ ਵਿੱਚ ਤਿੰਨ ਪ੍ਰਸ਼ਨ ਹੋਣਗੇ ਪਹਿਲਾ ਪ੍ਰਸ਼ਨ ਦੂਸਰਾ ਤੇ ਤੀਸਰਾ ਜਿਹੜਾ ਪਹਿਲਾ ਪ੍ਰਸ਼ਨ ਹੋਏਗਾ ਉਹਦੇ ਵਿੱਚ ਅੱਗੇ ਬੇਟਾ 16 ਕੁਐਸਚਨ ਹੋਣਗੇ ਜਿਹੜੇ ਬਹੁ ਵਿਕਲਪੀ ਹੋਣਗੇ ਮਲਟੀਪਲ ਚੁਆਇਸ ਹੋਣਗੇ ਜਿਦੇ ਵਿੱਚ ਸਾਨੂੰ ਚਾਰ ਆਪਸ਼ਨਸ ਦਿੱਤੀਆਂ ਹੋਣੀਆਂ ਆ ਉਹਦੇ ਵਿੱਚ ਸਹੀ ਆਨਸਰ ਅਸੀਂ ਟਿਕ ਕਰਨਾ ਹੋਏਗਾ ਦੂਸਰੇ ਪ੍ਰਸ਼ਨ ਦੇ ਵਿੱਚ ਸੱਤ ਪ੍ਰਸ਼ਨ ਜਿਹੜੇ ਸਹੀ ਗਲਤ ਦੇ ਹੋਣਗੇ ਇੱਕ ਇੱਕ ਅੰਕਾਂ ਵਾਲੇ ਤੇ ਪ੍ਰਸ਼ਨ ਨੰਬਰ ਤੀਜੇ ਦੇ ਵਿੱਚ ਸੱਤ ਪ੍ਰਸ਼ਨ ਖਾਲੀ ਖਮਾ ਸੀ ਭਰਨੀਆਂ ਹੋਣੀਆਂ ਠੀਕ ਹੈ ਭਾਗ ਆੜਾ ਦੇ ਵਿੱਚ 4 ਤੋਂ ਲੈ ਕੇ 7 ਤੱਕ ਮਤਲਬ 4 ਕੁਐਸਚਨ ਦੋ ਦੋ ਅੰਕਾਂ ਵਾਲੇ ਹੋਣਗੇ ਇਹ ਜ਼ਰੂਰੀ ਪ੍ਰਸ਼ਨ ਹੋਣਗੇ ਇਹਨਾਂ ਵਿੱਚ ਕੋਈ ਜਾਣ ਨਹੀਂ ਹੋਏਗੀ 4 ਅੰਕਾਂ ਵਾਲੇ ਜਿਹੜੇ ਭਾਗ ਈੜੀ ਦੇ ਵਿੱਚ 8 ਤੋਂ ਲੈ ਕੇ 13 ਤੱਕ 6 ਕੁਐਸਚਨ ਹੋਣਗੇ ਇਹਨਾਂ ਦੇ ਵਿੱਚ ਕਿਸੇ ਤਿੰਨ ਵਿੱਚ ਅੰਦਰੋਂ 19 ਛੋਟ ਹੋਏਗੀ ਮਤਲਬ ਜਾਂ ਹੋਏ ਠੀਕ ਹੈ ਬੇਟਾ ਉਸ ਤੋਂ ਬਾਅਦ ਲਾਸਟ ਪਾਰਟ ਭਾਗ ਸਸਾ ਦੇ ਵਿੱਚ 14ਵਾਂ 15ਵਾਂ ਤੇ 16ਵਾਂ ਕੁਐਸਚਨ ਤਿੰਨ ਕੁਐਸਚਨ ਆ ਜਿਹੜੇ 6-6 ਅੰਕਾਂ ਵਾਲੇ ਹੋਣਗੇ ਤੇ ਤਿੰਨਾਂ ਵਿੱਚ ਅੰਦਰੋਂ 19 ਛੋਟ ਹੋਏਗੀ ਮਤਲਬ ਜਾਂ ਹੋਏਗੀ ਤਸੱਤ ਜਿਹੜੇ ਚੈਪਟਰ ਆ ਬੇਟਾ ਉਹ 8ਵੀਂ ਜਮਾਤ ਲਈ ਵੀ 7 ਚੈਪਟਰ ਹੋਣਗੇ ਪਰमेय ਸੰਖਿਆਵਾਂ ਰੈਸ਼ਨਲ ਨੰਬਰ ਇੱਕ ਚਾਲ ਵਾਲੇ ਰੇਖੀ ਸਮੀਕਰਨ ਲੀਨੀਅਰ ਇਕੁਏਸ਼ਨ ਇਨ ਵਨ ਵੇਰੀਏਬਲ ਚਤ੍ਰਪੰਜਾਵਾਂ ਨੂੰ ਸਮਝਣਾ ਅੰਡਰਸਟੈਂਡਿੰਗ ਕੋਆਰਡੀਲੇਟਰਸ ਅੰਕੜਿਆਂ ਦਾ ਪ੍ਰਬੰਧਨ ਡਾਟਾ ਹੈਂਡਲਿੰਗ ਵਰਗ ਅਤੇ ਵਰਗਮੂਲ ਸਕੁਅਰ ਐਂਡ ਸਕੁਅਰ ਰੂਟ ਘਣ ਅਤੇ ਘਣਮੂਲ ਕਯੂਬ ਐਂਡ ਕਯੂਬ ਰੂਟ ਐਕਸਪੋਨੈਂਟਸ ਐਂਡ ਪਾਵਰਸ ਘਾਤ ਅੰਕ ਅਤੇ ਕਾਥ ਇਹ ਚੈਪਟਰ 7 ਵਿੱਚੋਂ ਪੇਪਰ ਆਏਗਾ ਚਲੋ ਆਪਾਂ ਦੇਖਦੇ ਹੁਣ ਚੈਪਟਰ ਵਾਈਜ਼ ਪਰਮੇਯ ਸੰਖਿਆਵਾਂ ਰੈਸ਼ੀਨਲ ਨੰਬਰ ਕੁੱਲ 5 ਅੰਕਾਂ ਦਾ ਪੇਪਰ ਇਸ ਚੈਪਟਰ ਦੇ ਵਿੱਚੋਂ ਆਉਣਾ ਇੱਕ ਇੱਕ ਅੰਕਾਂ ਵਾਲੇ 3 ਕੁਐਸਚਨ ਇੱਕ ਕੁਐਸਚਨ 2 ਅੰਕਾਂ ਦਾ ਆਏਗਾ ਇੱਕ ਚਾਲ ਵਾਲੇ ਰੇਖੀ ਸਮੀਕਰਨ ਬੇਟਾ ਇਹਦੇ ਵਿੱਚੋਂ ਸਾਨੂੰ 4 16 ਨੰਬਰਾਂ ਦਾ ਕੰਮ ਆਏਗਾ 4 ਕੁਐਸਚਨ ਆ ਜਿਹੜੇ ਇੱਕ ਇੱਕ ਅੰਕਾਂ ਵਾਲੇ ਹੋਣਗੇ ਤੇ 3 ਕੁਐਸਚਨ ਆ ਜਿਹੜੇ ਉਹ 4-4 ਅੰਕਾਂ ਵਾਲੇ ਹੋਣਗੇ ਚਾਤਰੂ ਪੰਜਾਂ ਨੂੰ ਸਮਝਣਾ ਇਹਦੇ ਵਿੱਚੋਂ 17 ਨੰਬਰਾਂ ਦਾ ਕੰਮ ਸਾਨੂੰ ਆਏਗਾ ਇਦੇ ਵਿੱਚੋਂ 5 ਕੁਐਸਚਨ ਏਕ ਅੰਕਾਂ ਵਾਲੇ ਤੇ 3 ਕੁਐਸਚਨ ਚਾਰ ਚਾਰ ਅੰਕਾਂ ਵਾਲੇ ਆਉਣਗੇ। ਉਸ ਤੋਂ ਬਾਅਦ ਆਪਣਾ ਟੌਪਿਕ ਹੈ ਮੋਸਟ ਇੰਪੋਰਟੈਂਟ ਅੰਕੜਿਆਂ ਦਾ ਪ੍ਰਬੰਧਨ ਡਾਟਾ ਹੈਂਡਲਿੰਗ 21 ਨੰਬਰਾਂ ਦਾ ਕੰਮ ਇਸ ਚੈਪਟਰ ਦੇ ਵਿੱਚੋਂ ਆਏਗਾ। 3 ਕੁਐਸਚਨ ਏਕ ਅੰਕਾਂ ਵਾਲੇ ਤੇ ਤਿੰਨੋਂ ਵੱਡੇ ਕੁਐਸਚਨ ਇਸੇ ਚੈਪਟਰ ਦੇ ਵਿੱਚੋਂ ਪੁੱਛੇ ਜਾਣਗੇ ਬਟਾ। ਤਿੰਨ ਕੁਐਸਚਨ ਸਾਨੂੰ ਛੇ-ਛੇ ਅੰਕਾਂ ਵਾਲੇ ਜਿਹੜੇ ਪੁੱਛੇ ਜਾਣਗੇ ਨਾ 18 ਨੰਬਰਾਂ ਦੇ। ਤਾਂ ਉਹ ਇਸੇ ਚੈਪਟਰ ਦੇ ਵਿੱਚੋਂ ਪੁੱਛੇ ਜਾਣਗੇ ਡਾਟਾ ਹੈਂਡਲਿੰਗ ਅੰਕੜਿਆਂ ਦਾ ਪ੍ਰਬੰਧਨ। ਉਸ ਤੋਂ ਬਾਅਦ ਵਰਗ ਅਤੇ ਵਰਗਮੂਲ ਚੈਪਟਰ ਹੈ ਠੀਕ ਹੈ ਸਕੁਅਰ ਰੂਟ 7 ਨੰਬਰਾਂ ਦਾ ਹੋਏਗਾ 5 ਕੁਐਸਚਨ ਇੱਕ ਇੱਕ ਨੰਬਰ ਦੇ ਇਕੁਏਸ਼ਨ 2 ਦਾ ਸਿਮਿਲਰਲੀ ਘਾਣ ਅਤੇ ਘਣਮੂਲ 7 ਅੰਕਾਂ ਦਾ 5 ਕੁਐਸਚਨ ਇੱਕ ਇੱਕ ਨੰਬਰ ਦੇ 1 2 ਦਾ ਠੀਕ ਹੈ ਘਾਤ ਅੰਕ ਅਤੇ ਘਾਤ ਐਕਸਪੋਨੈਂਟਸ ਐਂਡ ਪਾਵਰ ਇਹਦੇ ਵਿੱਚੋਂ ਵੀ 7 ਦਾ 5 ਕੁਐਸਚਨ ਇੱਕ ਇੱਕ ਅੰਕਾਂ ਵਾਲੇ ਇੱਕ ਕੁਐਸਚਨ 2 ਅੰਕਾਂ ਦਾ ਮੀਨਸ ਕੁੱਲ 80 ਨੰਬਰਾਂ ਦਾ ਪੇਪਰ ਸਾਨੂੰ ਆਏਗਾ 30 ਕੁਐਸਚਨ ਇੱਕ ਇੱਕ ਨੰਬਰ ਦੇ ਹੋਣਗੇ ਬੇਟਾ ਜਿਦੇ ਵਿੱਚੋਂ 16 ਕੁਐਸਚਨ ਬਹੁ ਵਿਕਲਪੀ ਹੋਣਗੇ ਮਲਟੀਪਲ ਚੁਆਇਸ 7 ਖਾਲੀ ਥਾਵਾਂ 7 ਸਹੀ ਗਲਤ ਉਤਵਾਦ ਦੋ ਦੋ ਅੰਕਾਂ ਵਾਲੇ ਜਿਹੜੇ ਚਾਰ ਕੁਐਸਚਨ ਸਾਨੂੰ ਹੋਣਗੇ ਚਾਰ-ਚਾਰ ਅੰਕਾਂ ਵਾਲੇ ਛੇ ਹੋਣਗੇ ਜਿਨ੍ਹਾਂ ਵਿੱਚੋਂ ਕਿਸੇ ਤਿੰਨ ਵਿੱਚੋਂ ਜਾਂ ਹੋਏਗੀ ਤੇ ਛੇ-ਛੇ ਅੰਕਾਂ ਵਾਲੇ ਤਿੰਨ ਕੁਐਸਚਨ ਹੋਣਗੇ ਤੇ ਤਿੰਨੇ ਜਿਹੜੇ ਕੁਐਸਚਨ ਆ ਉਹ ਇੱਕੋ ਚੈਪਟਰ ਦੇ ਵਿੱਚੋਂ ਪੁੱਛੇ ਜਾਣਗੇ ਅੰਕੜਿਆਂ ਦਾ ਪ੍ਰਬੰਧਨ ਡਾਟਾ ਹੈਂਡਲਿੰਗ ਠੀਕ ਹੈ ਬੇਟਾ ਤਾਂ ਇਸ ਹਿਸਾਬ ਨਾਲ ਅਸੀਂ ਆਪਣੀ ਮੁਕੰਮਲ ਤਿਆਰੀ ਹੈ ਜਿਹੜੀ ਉਹ ਮੈਥ ਵਿਸ਼ੇ ਦੀ ਕਰਨੀ ਹੈ ਜਿਹੜੇ ਹੁਣ ਬੇਟਾ ਆਪਣੇ ਕੋਲੇ ਹਫਤਾ ਹੀ ਰਹਿ ਗਿਆ 24 ਤਰੀਕ ਤੋਂ ਆਪਣੇ ਪੇਪਰ ਸ਼ੁਰੂ ਹੋਣੇ ਆ ਤਾਂ ਹਫਤੇ ਦੇ ਵਿੱਚ ਸਾਡੇ ਕੋਲੇ ਇੱਕ ਚੈਪਟਰ ਜੇ ਅਸੀਂ ਡੇਲੀ ਵੀ ਕਰੀਏ ਤਾਂ ਅਸੀਂ ਬੜੀ ਵਧੀਆ ਤਿਆਰੀ ਹੈ ਜਿਹੜੀ ਇਸ ਦੀ ਕਰ ਸਕਦੇ ਹਾਂ ਤਾਂ ਪੂਰੀ ਤਿਆਰੀ ਬੇਟਾ ਇਹਨੂੰ ਫਾਈਨਲ ਐਗਜ਼ਾਮ ਸਮਝ ਕੇ ਹੀ ਕਰਨਾ ਕਿਉਂਕਿ ਇਹਦੇ ਨੰਬਰ ਆ ਜਿਹੜੇ ਉਹ 8ਵੀਂ ਜਮਾਤ ਲਈ ਬੋਰਡ ਨੂੰ ਭੇਜੇ ਜਾਣੇ ਆ ਠੀਕ ਹੈ ਤਾਂ ਇਹਦੇ ਨੰਬਰ ਆ ਜਿਹੜੇ ਤੁਹਾਡੇ ਫਾਈਨਲ ਪੇਪਰ ਦੇ ਵਿੱਚ ਵੀ ਜੁੜਨਗੇ ਠੀਕ ਹੈ ਬੇਟਾ ਆਪਣੀ ਪੂਰੀ ਤਿਆਰੀ ਆ ਤੁਸੀਂ ਇਹਨਾਂ ਚੈਪਟਰਾਂ ਦੀ ਅੱਜ ਤੋਂ ਹੀ ਸ਼ੁਰੂ ਕਰ ਦੇਣੀ ਹੈ ਥੈਂਕ ਯੂ ਬੇਟਾ